ਫੋਨ ਤੇ ਗੱਲਾਂ ਕਰ ਰਿਹਾ ਇਹ ਵਿਅਕਤੀ ਇੱਕ ਸ਼ਾਤਿਰ ਚੋਰ ਹੈ ਜੋ ਭੀੜ ਭਾੜ ਵਾਲੀ ਜਗ੍ਹਾ ਦੇ ਵਿੱਚੋਂ ਬਿਨਾਂ ਕਿਸੇ ਡਰ ਦੇ ਸਕੂਟਰੀ ਨੂੰ ਚਾਬੀ ਨਾਲ ਸ਼ੁਰੂ ਕਰਦਾ ਹੈ ਤੇ ਸਕੂਟਰੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਚੋਰੀ ਦੀਆਂ ਇਹ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਇਹ ਚੋਰੀ ਦੀ ਘਟਨਾ ਫਗਵਾੜਾ ਦੇ ਹਦਿਆਬਾਦ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਦੁਗਲ ਜੱਠਰੇ ਦਾ ਮੇਲਾ ਲੱਗਦਾ ਤੇ ਜਿਸ ਮਹਿਲਾ ਦੀ ਇਹ ਸਕੂਟੀ ਸੀ ਉਹ ਮੇਲਾ ਵੇਖਣ ਆਈ ਸੀ ਤੇ ਜਦੋਂ ਉਹ ਮੇਲੇ ਚੋਂ ਬਾਹਰ ਆ ਕੇ ਵੇਖਦੀ ਹੈ ਤਾਂ ਉਸਦੀ ਸਕੂਟਰੀ ਆਪਣੇ ਸਥਾਨ ਤੇ ਨਹੀਂ ਹੁੰਦੀ, ਜਿਸ ਦੀ ਜਾਣਕਾਰੀ ਪਰਿਵਾਰ ਵੱਲੋਂ ਤੁਰੰਤ ਪੁਲਿਸ ਨੂੰ ਦਿੱਤੀ ਗਈ। ਹਾਲਾਂਕਿ ਹੈਰਾਨੀ ਦੀ ਗੱਲ ਇਹ ਹੈ ਕਿ ਚੋਣ ਜ਼ਾਬਤੇ ਦੇ ਚੱਲਦੇ ਵੀ ਪੁਲਿਸ ਨੇ ਸ਼ਹਿਰ 'ਚ ਚੌਕਸੀ ਹਰ ਪਾਸੇ ਵਧਾਈ ਹੋਈ ਹੈ, ਪਰ ਇਹ ਚੋਰ ਤੇ ਲੁਟੇਰੇ ਬੇਖੌਫ ਹੋ ਕੇ ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਇਸ ਤਰ੍ਹਾਂ ਜੀ, ਜਠੇਰੇ ਦੁਗਲਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਮੇਲਾ, ਉਹਦੇ ਸੰਬੰਧ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਕਮੇਟੀ ਮੈਂਬਰ ਇਨਵਾਈਟ ਵੀ ਕਰਕੇ ਆਏ ਹਾਂ ਅਤੇ ਮੇਲਾ ਬਹੁਤ ਭਾਰਾ ਹੁੰਦਾ, ਉੱਥੇ ਥੋੜ੍ਹੀ ਜਿਹੀ ਆਪਣੇ ਫੋਰਸ ਭੇਜ ਦਿਓ ਤਾਂ ਕਿ ਕਿਸੇ ਕਿਸਮ ਦੀ ਵੀ ਕੋਈ ਅਨਸੁਖਾਵੀ ਘਟਨਾ ਨਾ ਹੋਵੇ। ਪਰ ਮੇਰੇ ਹੀ ਪਰਿਵਾਰ ਦੀ ਐਕਟਿਵਾ ਜਿਹੜੀ ਕਿ ਇੱਥੋਂ 11:30 ਵਜੇ ਮੇਰੀ ਭਾਬੀ ਨੇ ਆ ਕੇ ਖੜ੍ਹੀ ਕੀਤੀ ਅਤੇ ਉਹ ਚੋਰੀ ਹੋ ਗਈ। ਉਹਦੀ CCTV ਫੁਟੇਜ ਜਿਹੜੀ ਆ ਪ੍ਰਸ਼ਾਸਨ ਨੂੰ ਬਿਲਕੁਲ ਕਲੀਅਰ ਦਿਖਾਲੀ ਗਈ ਆ ਅਤੇ ਅਸੀਂ ਪ੍ਰਸ਼ਾਸਨ ਤੋਂ ਹੁਣ ਮੰਗ ਕਰਦੇ ਹਾਂ ਵੀ ਇੱਦਾਂ ਦੀਆਂ ਅਨਸੁਖਾਵੀਆਂ ਘਟਨਾ ਨੂੰ ਰੋਕਣ ਵਾਸਤੇ ਥੋੜ੍ਹਾ ਸਤਰਕ ਹੋਣ। ਸਰ, ਮਾਡਲ ਕਿਹੜਾ ਵਾ ਅਤੇ ਰੰਗ ਕਿਹੜਾ ਵਾ ਐਕਟਿਵਾ ਦਾ? ਸਿਲਵਰ ਗ੍ਰੇ ਕਲਰ ਆ, ਮਾਡਲ 2015। ਸਰ, ਕੋਈ ਨੰਬਰ ਵਗੈਰਾ ਹੈ ਗੱਡੀ? ਹਾਂਜੀ, PV09P6418। ਅਤੇ ਸਰ, ਪੁਲਿਸ ਕੰਪਲੇਂਟ ਕੀਤੀ ਤੁਸੀਂ? ਹਾਂਜੀ, ਕਰਤੀ ਜੀ। ਪੁਲਿਸ ਆਈ ਸੀ? ਸਤਨਾਮਪੁਰਾ ਪੁਲਿਸ ਨੂੰ ਦੱਸਿਆ, ਉਹ ਆਏ ਸੀ ਜਸਪਾਲ ਸਿੰਘ ਹੋਣੀ, ਉਹਨਾਂ ਨੂੰ ਸਾਰੀ ਕਾਰਵਾਈ ਦੱਸ ਦਿੱਤੀ ਅਸੀਂ। ਹਾਂਜੀ ਸਰ, ਕੀ ਮਾਮਲਾ ਕੀ ਜਿਹੜਾ ਇਹ ਅੱਜ ਹਦਿਆਬਾਦ? ਮਾਮਲਾ ਇੱਦਾਂ ਹੈ, ਉਬੇ ਭਾਰਦਵਾਜ ਇੱਥੇ ਹਦਿਆਬਾਦ ਐਪਲੀਕੇਸ਼ਨ ਦੇਣ ਆਇਆ ਸੀਗਾ ਵੀ ਸਾਡੇ ਉੱਥੇ ਐਕਟਿਵਾ ਚੋਰੀ ਹੋ ਗਈ ਆ ਅਤੇ ਜਿਸ ਦੇ ਸੰਬੰਧ ਅਸੀਂ ਇੱਥੇ ਹੁਣ ਆਏ ਹਾਂ। ਇਹਨਾਂ ਦੇ ਦੁੱਗਲ ਪਰਿਵਾਰ ਵੱਲੋਂ ਉਹਨਾਂ ਦਾ ਚੱਲਿਆ ਜਠੇਰਿਆਂ ਦਾ ਪ੍ਰੋਗਰਾਮ, ਉੱਥੇ ਕੋਈ 11:30 ਵਜੇ ਇਹਨਾਂ ਨੇ ਐਕਟਿਵਾ ਲਈ ਸੀਗੀ, ਕੋਈ ਚੋਰ ਲੈ ਗਿਆ ਉੱਥੋਂ ਚੋਰੀ ਕਰਕੇ। ਕੈਮਰੇ 'ਚ ਆ ਗਏ, ਉਹਦਾ ਚਿਹਰਾ ਆ ਗਿਆ, ਬਾਕੀ ਟਰੇਸ ਕਰਦੇ ਆ ਜੀ ਪੱਕੀ ਉੱਥੇ ਤੱਕ ਹੋ ਜਾਂਦੇ ਆ। ਕਿੱਥੋਂ ਚੱਕ ਹੋਈ ਹੈ ਜੀ? ਹਾਂਜੀ, ਕਿੱਥੋਂ ਚੱਕ ਹੋਈ? ਮੈਂ ਕਿਹਾ ਇਹ ਹਦਿਆਬਾਦ ਤੋਂ ਚੱਕ ਹੋਈ ਹੈ। ਕੀ ਕਾਰਵਾਈ ਵਗੈਰਾ ਕਰ? ਕਾਰਵਾਈ ਹੁਣ ਦੇਖਦੇ ਹਾਂ, ਪਹਿਲਾਂ ਸੀਸੀ ਕੈਮਰੇ ਚੈੱਕ ਕਰਦੇ ਹਾਂ, ਬਾਕੀ ਟਰੇਸ ਕਰਦੇ ਹਾਂ, ਉਹ ਸਾਨੂੰ ਵੀ ਕਾਰਵਾਈ ਕਰਦੇ ਹਾਂ। ਫੋਨ ਤੇ ਗੱਲਾਂ ਕਰ ਰਿਹਾ ਇਹ ਵਿਅਕਤੀ ਇੱਕ ਸ਼ਾਤਿਰ ਚੋਰ ਹੈ ਜੋ ਭੀੜ ਭਾੜ ਵਾਲੀ ਜਗ੍ਹਾ ਦੇ ਵਿੱਚੋਂ ਬਿਨਾਂ ਕਿਸੇ ਡਰ ਦੇ ਸਕੂਟਰੀ ਨੂੰ ਚਾਬੀ ਨਾਲ ਸ਼ੁਰੂ ਕਰਦਾ ਤੇ ਸਕੂਟਰੀ ਚੋਰੀ ਕਰਕੇ ਫਰਾਰ ਹੋ ਜਾਂਦਾ। ਚੋਰੀ ਦੀਆਂ ਇਹ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਇਹ ਚੋਰੀ ਦੀ ਘਟਨਾ ਫਗਵਾੜਾ ਦੇ ਹਦਿਆਬਾਦ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਦੁਗਲ ਜੱਠਰੇ ਦਾ ਮੇਲਾ ਲੱਗਦਾ ਤੇ ਜਿਸ ਮਹਿਲਾ ਦੀ ਇਹ ਸਕੂਟੀ ਸੀ ਉਹ ਮੇਲਾ ਵੇਖਣ ਆਈ ਸੀ ਤੇ ਜਦੋਂ ਉਹ ਮੇਲੇ 'ਚੋਂ ਬਾਹਰ ਆ ਕੇ ਵੇਖਦੀ ਹੈ ਤਾਂ ਉਸਦੀ ਸਕੂਟਰੀ ਆਪਣੇ ਸਥਾਨ ਤੇ ਨਹੀਂ ਹੁੰਦੀ, ਜਿਸ ਦੀ ਜਾਣਕਾਰੀ ਪਰਿਵਾਰ ਵੱਲੋਂ ਤੁਰੰਤ ਪੁਲਿਸ ਨੂੰ ਦਿੱਤੀ ਗਈ। ਹਾਲਾਂਕਿ ਹੈਰਾਨੀ ਦੀ ਗੱਲ ਇਹ ਹੈ ਕਿ ਚੋਣ ਜ਼ਾਬਤੇ ਦੇ ਚੱਲਦੇ ਵੀ ਪੁਲਿਸ ਨੇ ਸ਼ਹਿਰ 'ਚ ਚੌਕਸੀ ਹਰ ਪਾਸੇ ਵਧਾਈ ਹੋਈ ਹੈ, ਪਰ ਇਹ ਚੋਰ ਤੇ ਲੁਟੇਰੇ ਬੇਖੌਫ ਹੋ ਕੇ ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਇਸ ਤਰ੍ਹਾਂ ਜੀ, ਜਠੇਰੇ ਦੁਗਲਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਮੇਲਾ, ਉਹਦੇ ਸੰਬੰਧ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਕਮੇਟੀ ਮੈਂਬਰ ਇਨਵਾਈਟ ਵੀ ਕਰਕੇ ਆਏ ਹਾਂ ਅਤੇ ਮੇਲਾ ਬਹੁਤ ਭਾਰਾ ਹੁੰਦਾ, ਉੱਥੇ ਥੋੜ੍ਹੀ ਜਿਹੀ ਆਪਣੇ ਫੋਰਸ ਭੇਜ ਦਿਓ ਤਾਂ ਕਿ ਕਿਸੇ ਕਿਸਮ ਦੀ ਵੀ ਕੋਈ
ਅਨਸੁਖਾਵੀ ਘਟਨਾ ਨਾ ਹੋਵੇ। ਪਰ ਮੇਰੇ ਹੀ ਪਰਿਵਾਰ ਦੀ ਐਕਟਿਵਾ ਜਿਹੜੀ ਕਿ ਇੱਥੋਂ 11:30 ਮੇਰੀ ਭਾਬੀ ਨੇ ਆ ਕੇ ਖੜੀ ਕੀਤੀ ਅਤੇ ਉਹ ਚੋਰੀ ਹੋ ਗਈ। ਉਹਦੀ CCTV ਫੁਟੇਜ ਜਿਹੜੀ ਆ ਪ੍ਰਸ਼ਾਸਨ ਨੂੰ ਬਿਲਕੁਲ ਕਲੀਅਰ ਦਿਖਾਲੀ ਗਈ ਆ ਅਤੇ ਅਸੀਂ ਪ੍ਰਸ਼ਾਸਨ ਤੋਂ ਹੁਣ ਮੰਗ ਕਰਦੇ ਹਾਂ ਵੀ ਇੱਦਾਂ ਦੀਆਂ ਅਨਸੁਖਾਵੀਆਂ ਘਟਨਾ ਨੂੰ ਰੋਕਣ ਵਾਸਤੇ ਥੋੜ੍ਹਾ ਸਤਰਕ ਹੋਣ। ਸਰ ਮਾਡਲ ਕਿਹੜਾ ਵਾ ਅਤੇ ਰੰਗ ਕਿਹੜਾ ਵਾ ਐਕਟਿਵਾ ਦਾ? ਸਿਲਵਰ ਗ੍ਰੇ ਕਲਰ ਆ, ਮਾਡਲ 2015। ਸਰ ਕੋਈ ਨੰਬਰ ਵਗੈਰਾ ਹੈ ਗੱਡੀ? ਹਾਂਜੀ, PV09P6118। ਅਤੇ ਸਰ ਪੁਲਿਸ ਕੰਪਲੇਂਟ ਕੀਤੀ ਤੁਸੀਂ? ਹਾਂਜੀ ਕਰਤੀ ਜੀ। ਪੁਲਿਸ ਆਈ ਸੀ? ਸਤਨਾਮਪੁਰ ਪੁਲਿਸ ਨੂੰ ਦੱਸਿਆ, ਉਹ ਆਏ ਸੀ ਜਸਪਾਲ ਸਿੰਘ ਹੋਣੀ, ਉਹਨਾਂ ਨੂੰ ਸਾਰੀ ਕਾਰਵਾਈ ਦੱਸ ਦਿੱਤੀ ਅਸੀਂ। ਹਾਂਜੀ ਸਰ, ਕੀ ਮਾਮਲਾ ਕੀ ਜਿਹੜਾ ਅੱਜ ਹਰੀਆਬਾਦ? ਮਾਮਲਾ ਇੱਦਾਂ ਹੈ, ਉਬੇ ਭਾਰਦਵਾਜ ਇੱਥੇ ਹਰੀਆਬਾਦ ਐਪਲੀਕੇਸ਼ਨ ਦੇਣ ਆਇਆ ਸੀਗਾ ਵੀ ਸਾਡੇ ਉੱਥੇ ਐਕਟਿਵਾ ਚੋਰੀ ਹੋ ਗਈ ਆ ਅਤੇ ਜਿਸ ਦੇ ਸੰਬੰਧ ਅਸੀਂ ਇੱਥੇ ਹੁਣ ਆਏ ਹਾਂ। ਇਹਨਾਂ ਦੇ ਦੁੱਗਲ ਪਰਿਵਾਰ ਵੱਲੋਂ ਉਹਨਾਂ ਦਾ ਚੱਲਿਆ ਜਠੇਰਿਆਂ ਦਾ ਪ੍ਰੋਗਰਾਮ, ਉੱਥੇ ਕੋਈ 11:30 ਇਹਨਾਂ ਨੇ ਐਕਟਿਵਾ ਲਈ ਸੀਗੀ, ਕੋਈ ਚੋਰ ਲੈ ਗਿਆ ਉੱਥੋਂ ਚੋਰੀ ਕਰਕੇ। ਕੈਮਰੇ 'ਚ ਆ ਗਏ, ਉਹਦਾ ਚਿਹਰਾ ਆ ਗਿਆ, ਬਾਕੀ ਟਰੇਸ ਕਰਦੇ ਆ ਜੀ ਪੱਕੀ ਉੱਥੇ ਤੱਕ ਹੋ ਜਾਂਦੇ ਆ। ਕਿੱਥੋਂ ਚੱਕ ਹੋਈ ਹੈ ਜੀ? ਹਾਂਜੀ, ਕਿੱਥੋਂ ਚੱਕ ਹੋਈ? ਮੈਂ ਕਿਹਾ ਇਹ ਹਰੀਆਬਾਦ ਤੋਂ ਚੱਕ ਹੋਈ ਹੈ। ਕੀ ਕਾਰਵਾਈ ਵਗੈਰਾ ਕਰ? ਕਾਰਵਾਈ ਹੁਣ ਦੇਖਦੇ ਹਾਂ, ਪਹਿਲਾਂ CCTV ਕੈਮਰੇ ਚੈੱਕ ਕਰਦੇ ਹਾਂ, ਬਾਕੀ ਟਰੇਸ ਕਰਦੇ ਹਾਂ, ਉਹ ਸਾਨੂੰ ਫਿਰ ਕਾਰਵਾਈ ਕਰਦੇ ਹਾਂ।